ਅੱਜ ਦੇ ਸਮੇਂ ਦੇ ਵਿੱਚ ਜਿੱਥੇ ਟਰੈਕਟਰਾਂ ਤੇ ਸੰਦਾਂ ਦੀ ਦੌੜ ਆ ਉੱਥੇ ਵੀ ਬਾਬਾ ਬਲਦਾਂ ਦੇ ਨਾਲ ਖੇਤੀ ਕਿਉਂ ਕਰਦਾ ਸੀ। 13-14 साल जो मैं मसा खड़न लगा, जो मैं जिमीदार काम करता रहा, बस मैं जो इन बलदा के बिच नाल मेरा इन्ना जम बल प्यार मिला इन्हों के नाल। मैं इन्हों शौक ना रख दम, मैनू अपना शौक ही है बलदा का। हल ट्रैक्टर इन्ना नहीं ला सकता, भावें भजा के जिन्ना मर्जी बरीक मिट्टी कर लिया, हूँ वो 400-500 रुपया कमाता वा, 800 रुपया या 1100-1200 रुपया हूँ किले का चक्करता। जिथे नहीं ट्रैक्टर खोदा उत्थे भी इन्हें जाना पैंदा, ट्रैक्टर खोदा ना इन्हां इन्हां थले चल जाता, ये काम करके आ। सत श्रीकाल जी, स्काई न्यूज पंजाब देख रहे जी, जिला तरन तारण के पिंड डियाल दे विच खड़े हाँ। अज तुहानू एक अजिहे बाबे दे नाल मिलाउण जा रहे हैं जो पिंड दे विच बलदां वाला बाबा वजदा, अते बाबा पुराने पंजाब की याद दिवाउंदा जिथे अज दे समय दे विच आधुनिक युग आ गया वा, मशीनरी का समा वा, लोग खेतीबाड़ी अपने ट्रैक्टर ते वड्डे संदा दे नाल करदे ने, उत्थे अजकल बाबा अज भी बलदां दे नाल खेती करदा। बाबे नानक ने एक आवाज दित्ती सी किरत करो ਅਤੇ ਵੰਡ ਕੇ ਛਕੋ ਦੀ, ਬਾਬਾ ਅੱਜ ਵੀ ਜਿਹੜਾ ਵਾ ਲੰਮੇ ਸਮੇਂ ਦੇ ਜਿਹੜਾ ਵਾ ਉਹ ਬਲਦਾਂ ਦੇ ਨਾਲ ਖੇਤੀ ਕਰਦਾ ਵਾ। ਕਦੋਂ ਤੋਂ ਖੇਤੀ ਕਰ ਰਿਹਾ ਤੇ ਕਿਵੇਂ ਬਾਬੇ ਨੂੰ ਸ਼ੌਂਕ ਪਿਆ, ਤੇ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਟਰੈਕਟਰਾਂ ਤੇ ਸੰਦਾਂ ਦੀ ਦੌੜ ਆ ਉੱਥੇ ਵੀ ਬਾਬਾ ਬਲਦਾਂ ਦੇ ਨਾਲ ਖੇਤੀ ਕਿਉਂ ਕਰਦਾ, ਸਾਰੀਆਂ ਗੱਲਾਂ ਬਾਤਾਂ ਬਾਬੇ ਦੇ ਨਾਲ ਕਰਾਂਗੇ। ਪਹਿਲਾਂ ਬਾਬੇ ਦਾ ਕਰ ਲੈਂਦੇ ਸਵਾਗਤ। ਬਾਬਾ ਜੀ ਬਹੁਤ ਬਹੁਤ ਸਵਾਗਤ ਸਾਡੇ ਚੈਨਲ ਦੇ ਉੱਪਰ। ਤੁਹਾਡਾ ਮਹਾਰਾਜ ਸਵਾਗਤ। ਬਾਬਾ ਜੀ ਕਿਹੜਾ ਪਿੰਡ ਜੇ ਤੇ ਕੀ ਨਾਂ ਜੇ ਤੁਹਾਡਾ? ਮੇਰਾ ਰਾਜਪੂਤਾਂ ਨਾਂ ਜਾਤ ਸਾਡੀ ਸਰੋਏ। ਤੇ ਬਾਬਾ ਜੀ ਕਿੰਨੇ ਕੁ ਸਮੇਂ ਤੋਂ ਜਿਹੜਾ ਵਾ ਬਲਦਾਂ ਦੇ ਨਾਲ ਖੇਤੀ? ਮੇਰੇ 14 ਸਾਲ ਤੋਂ ਮੇਰੀ ਇਹਨਾਂ ਦਾ ਵਾਹ ਪਈ ਹੈ, 13-14 ਸਾਲ ਤੋਂ ਜੋ ਮੈਂ ਮੱਸਿਆ ਖੜਨ ਲੱਗਾ, ਜੋ ਮੈਂ ਜਿਮੀਦਾਰਾ ਕੰਮ ਕਰਦਾ ਰਿਹਾ, ਬਸ ਮੈਂ ਜੋ ਇਹਨਾਂ ਬਲਦਾਂ ਦੇ ਵਿੱਚ ਨਾਲ ਮੇਰਾ ਇਹਨਾਂ ਜੰਮ ਬਲ ਪਿਆਰ ਮਿਲਿਆ ਇਹਨਾਂ ਦੇ ਨਾਲ। ਤੇ ਬਾਬਾ ਜੀ ਪੁਰਾਣੇ ਸਮੇਂ ਦੇ ਵਿੱਚ ਨਾ ਲੋਕ ਸ਼ੌਂਕ ਦੇ ਨਾਲ ਰੱਖਦੇ ਹੁੰਦੇ ਸੀ ਬਲਦ, ਤੇ ਜੋਗਾਂ ਕਹਿੰਦੇ ਹੁੰਦੇ ਸੀ ਕਿ ਜੋਗਾਂ ਦੀਆਂ ਜੋੜੀਆਂ ਰੱਖੀਆਂ ਵਾ, ਤੇ ਕਿੰਨੀਆਂ ਕਿ ਜਿਹੜੀਆਂ ਜੋੜੀਆਂ ਅੱਜ ਤੱਕ ਰੱਖ ਸਕਦੇ, ਕਿੰਨਾ ਕਿ ਇਹਨਾਂ ਨੂੰ ਪ੍ਰੇਮ ਮੁਹੱਬਤ ਕਿੰਨੀ ਕਰਦੇ? मैं प्रेम मुहबत इन्हों बहुत ज्यादा करता, मैं इन्हों का दूर दूर तक सुर सिंह तक मनमशाल तक मखी तक इन्होंने मैं काम किया, पूरा आपका कमाई इन्होंने की आ। इन्हों का मैं शौक है, नहीं तो लोग पट्ठे पाने डरते, मैं पट्ठे पाने नहीं डरता, ना मैं इन्होंने शौक ना रखता, मैं अपना शौक ही है बलदा का। जिथे अज के समय च लोग ट्रैक्टर के नाल खेती करते बलदा के नाल करते जी, की खेती बाड़ी चीज फर्क की है? खेतीबाड़ी ये हाल ज्यादा डूंगा लगता, चिकड़ पाते ट्रैक्टर ने टायर ना मारते आ, इन्हें हाल ना मारना, ये बहुत ज्यादा वेख्या मैनू जटा ने भी वेख के, मैं आखन पवो आके वेखो आ ट्रैक्टर ना तो हाँ बैली बाई मदर कर गया पूरी उतों उन्हें ए मिली की पी मैं आखिर पऊ को गेर दिया, तो मैं तू माड़ फट के बया आता, मैंने पता हड़ बुड़क का नहीं इन्ना जाता, जिन्ना इन्हों का थले जाता नहीं जाता, कहता बहुत ज्यादा आंदा पऊ तू पसानी करना, तेन पता वा जून जमपल तो पे काम चा सू पता वा कि हल ट्रैक्टर इन्ना नहीं ला सकता, भावें भजा के जिन्ना मर्जी बरीक मिट्टी कर लैन। ਇਹ ਖੇਤੀ ਅੱਜ ਵੀ ਸੱਦਦੇ ਆ ਲੋਕ ਤੁਹਾਨੂੰ? ਸੱਦਦੇ ਅੱਜ ਵੀ ਸੱਦਦੇ, ਮੈਂ ਆਪ ਮੇਰੇ ਗਿੱਟੇ ਸੱਟ ਲੱਗ ਕੇ ਸੱਦਿਆ, ਮੈਂ ਫੇਰ ਜਾਣਾ ਫੇਰ ਜਾਇਆ ਕਰਨ ਕੱਲ ਨੂੰ ਅਗਲੇ ਸਾਲ ਤੋਂ। ਅੱਛਾ, ਇਹ ਇੱਕ ਜੇ ਆਪਾਂ ਇੱਕ ਏਕੜ ਵਾਉਣਾ ਹੋਵੇ ਤੇ ਕਿੰਨੇ ਪੈਸੇ ਲੈਂਦੇ ਇਹਨਾਂ ਦੇ? ਇਹਨਾਂ ਦੇ ਜਦੋਂ ਅਸੀਂ ਪਹਿਲਾਂ ਤੁਰੇ ਆ ਨਾ ਉਦੋਂ 200 ਰੁਪਏ ਵੀ ਚਿਕੜ ਦਾ ਚੱਲਦਾ, 250 ਵੀ ਚੱਲਦਾ ਸੀ ਜਦੋਂ ਅਸੀਂ ਤੁਰੇ ਆ, 100 ਰੁਪਏ ਦੇ ਅਸੀਂ ਕਮਾਦ ਪਾਏ ਆ, ਹੁਣ ਉਹ 400-500 ਰੁਪਇਆ ਕਮਾਦਾ ਵਾ, 800 ਰੁਪਇਆ ਜਾਂ 1100-1200 ਰੁਪਇਆ ਹੁਣ ਕਿੱਲੇ ਦਾ ਚਿਕੜਦਾ, ਜਿੱਥੇ ਨਹੀਂ ਟਰੈਕਟਰ ਖੋਦਾ ਉੱਥੇ ਵੀ ਇਹਨਾਂ ਨੂੰ ਜਾਣਾ ਪੈਂਦਾ, ਟਰੈਕਟਰ ਖੋਦਾ ਨਾ ਇਹਨਾਂ ਇਹਨਾਂ ਥੱਲੇ ਚੱਲ ਜਾਂਦਾ, ਇਹ ਕੰਮ ਕਰਕੇ ਆਉਂਦੇ। ਅੱਛਾ ਬਾਬਾ, ਜਦੋਂ ਸ਼ੁਰੂ ਚ ਜਦੋਂ ਖੇਤੀ ਕਰਦੇ ਸਾਰੇ ਲੋਕ ਹੀ ਬਲਦਾਂ ਨਾਲ ਕਰਦੇ ਹੁੰਦੇ, ਉਦੋਂ ਕਿੱਲੇ ਦੀ ਕਿੰਨੀ ਘਵਾਈ ਹੁੰਦੀ? ਉਦੋਂ ਕੁਛ ਵੀ ਉਦੋਂ ਰੁਪਈਆ 100-125 ਇਹਦਾ ਟਰੈਕਟਰ ਵਾਲੇ ਲੈਂਦੇ। ਬਾਬਾ ਉਦੋਂ ਦੇ ਜਿਹੜਾ ਵਾ ਜਿਵੇਂ ਹੁਣ ਤੁਸੀਂ ਘਰੇ ਇਹਨਾਂ ਦੀ ਸਾਂਭ ਸੰਭਾਲ ਕਰਦੇ ਜੇ, ਜਦੋਂ ਹੁਣ ਤੇ ਘਰੇ ਸਾਂਭ ਸੰਭਾਲ ਕਰਦੇ ਜੇ, ਉਦੋਂ ਪੁਰਾਣੇ ਸਮੇਂ ਚ ਖੂਹ ਵੀ ਚੱਲਦੇ ਹੋਣਗੇ, ਖੂਹਾਂ ਦੇ ਘੇਰੇ ਘੇਰੇ ਵੀ ਬਲਦ ਆਉਂਦੇ, ਉਹ ਵੀ ਕਰਦੇ ਸੀ, ਪਾਣੀ ਧਾਣੀ ਵੀ ਉੱਥੋਂ ਢਾ ਲੈਂਦੇ ਹੋਣੇ ਆ? ਖੂਹ ਆ ਵੇਖੇ ਹੈਗਾ ਚੱਲਦੇ, ਤੇ ਪਰ ਵੇਲਣਾ ਵੀ ਵਾਹਿਆ ਆਪ ਵਾਹਿਆ ਵਾ, ਕਿਸੇ ਦੇ ਨਾਲ ਉਹਨੂੰ ਗੰਨੇ ਗੁੰਨੇ ਅਸੀਂ ਲਾਉਂਦੇ ਹਾਂ, ਵੇਲਣਾ ਵਾਹਿਆ ਵਾ, ਉਹ ਦੂਜੇ ਬੰਦੇ ਅੱਗ ਝੋਕਦੇ ਹੁੰਦੇ ਸੀ, ਤੇ ਅਸੀਂ ਲਾਗੇ ਪੱਛੀਆਂ ਪੁੱਛੀਆਂ ਉਹਨਾਂ ਢਾ ਦੇਣੀਆਂ, ਗੰਨੇ ਗੁੰਨੇ ਲਾਉਂਦੇ ਹਾਂ, ਉਦੋਂ ਤੋਂ ਕੰਮ ਸਾਨੂੰ ਡੰਗਰਾਂ ਦਾ ਸ਼ੌਂਕ, ਕਿਸੇ ਦੇ ਜੱਟਾਂ ਦੇ ਰੱਖਦੇ ਹਾਂ, ਜੱਟਾਂ ਨੇ ਮੈਨੂੰ ਮੱਛਾ ਬੋਲਦੇ ਨਹੀਂ ਖੜਦਾ, ਮੁੜ ਕੇ ਜੋੜੀ ਮੈਂ ਆਪਣੀ ਬਣਾਈ, ਫਿਰ 8000 ਦੀ ਜੋੜੀ ਲਈ ਮੈਂ ਆਪਦੀ ਲਵੀ, ਫਿਰ ਮੈਂ ਲੋਕਾਂ ਦਾ ਕੰਮ ਕਰਨ ਲੱਗਾ। ਅੱਛਾ ਬਾਬਾ, ਉਮਰ ਕਿੰਨੀ ਹੋ ਗਈ ਹੈ? ਉਮਰ ਮੇਰੀ ਹੋ ਗਈ ਆ
ਹੱਟੀ ਗੁਰੂ ਨਾਨਕ ਦੀ ਕਹਿੰਦੇ ਆਈ ਇੱਕ ਜਨਨੀ ਉਹ ਜਦਲੇ ਸੌਦੇ ਨੂੰ ਡਾਢੀ ਦਿਲ ਵਿੱਚ ਹੋਈ ਹੈਰਾਨੀ ਜਾ ਕਹਿੰਦੀ ਕੁੜੀਆਂ ਨੂੰ ਮਿੱਠੇ ਬੋਲ ਜਮਾਨੋਂ ਬੁੱਲੇ ਕੋਈ ਨਵਾਂ ਵਪਾਰੀ ਨੀ ਸੌਦਾ ਮੋਦੀ ਕੰਨੇ ਤੁਲੇ ਪੁੱਤ ਕਿਸੇ ਸਦਾਗਰ ਦਾ ਨੀ ਉਹ ਹੱਡ ਲਟਾਈ ਜਾਂਦਾ ਲਾ ਲਵੇ ਸਮਾਧੀ ਨੂੰ ਮੁੱਖੋਂ ਤੇਰਾਂ ਤੇਰਾਂ ਬੁੱਲੇ ਕੋਈ ਨਵਾਂ ਵਪਾਰੀ ਨੀ ਸੌਦਾ ਮੋਦੀ ਕੰਨੇ ਤੁਲੇ
ਅੱਜ ਕਿਉਂ ਗੁੜ ਮੈਦਾਨੀ ਸਸਤੇ ਮਿਰਚ ਮਸਾਲੇ ਦੀ ਵੀ ਹਲਦੀ ਤੇ ਸਾਬਣ ਨੀ ਸਸਤੇ ਗਿਰੀ ਜਵਾਰੇ ਮੇਵੇ ਫਿਰ ਪੂਰਾ ਤੁਲੇ ਨੀ ਮਾਰਦਾ ਨੀ ਤਕੜੀ ਨੂੰ ਡੋਲੇ ਕੋਈ ਨਵਾਂ ਵਪਾਰੀ ਨੀ ਸੌਦਾ ਮੋਦੀ ਕੰਨੇ ਤੁਲੇ ਅੱਜ ਸੁੰਡ ਜਮੈਣਾ ਨੀ ਸੌਦੇ ਓੜੇ ਤੇ ਬੇੜੇ ਗੱਲ ਕੰਦ ਮਰਬੇ ਨੀ ਸੌਦੇ ਦੱਤਾਂ ਕਿਹੜੇ ਕਿਹੜੇ ਕੋਈ ਇੰਗ ਪੜਕੜੀ ਦੇ ਪਰਗੇ ਲਈ ਆਉਂਦੇ ਨੇ ਝੋਲੇ ਕੋਈ ਨਵਾਂ ਵਪਾਰੀ ਨੀ ਸੌਦਾ ਮੋਦੀ ਕੰਨੇ ਤੁਲੇ ਰੇੜੀਆਂ ਤੇ ਮਿਜਰੀ ਨੀ ਮਖਾਣੇ ਫੁੱਲੀਆਂ ਤੇ ਪਤਾਤੇ ਨਾਲੇ ਤੇਲ ਤਰੁੰਦਾ ਨੀ ਆਲੂ ਗੰਡੇ ਸਸਤੇ ਲਾਤੇ ਕੀ ਖੱਟੀ ਖੱਟੇਗਾ ਰੱਖਦਾ ਨਹੀਂ ਕਿਸੇ ਤੂੰ ਓਲੇ ਕੋਈ ਨਵਾਂ ਵਪਾਰੀ ਨੀ ਸੌਦਾ ਮੋਦੀ ਕੰਨੇ ਤੁਲੇ। ਅੱਛਾ ਬਾਬਾ ਜੀ, ਜੇ ਆਪਾਂ ਗੱਲ ਕਰੀਏ ਹੁਣ ਦੇ ਸਮੇਂ ਚ ਲੋਕ ਇੱਕ ਦੂਰੇ ਨਾਲ ਮਖੌਲ ਨੀ ਸਹਿੰਦੇ, ਪੁਰਾਣੇ ਸਮੇਂ ਚ ਕਹਿੰਦੇ ਮਖੌਲ ਬੜੇ, ਕਿੱਦਾਂ ਦੀਆਂ ਗੱਲਾਂ ਬਾਤਾਂ ਕਰਦੇ ਹੁੰਦੇ ਸੀ ਜਦੋਂ ਤੁਸੀਂ? ਮਖੌਲ ਅਸੀਂ ਕਦੀ ਗੁੱਸਾ ਨੀ ਕੀਤਾ, ਭਾਊ ਜੀ ਹੁਣੀ ਸਾਰੇ ਖਲੋਤੇ ਆ, ਅਸੀਂ ਜਦੋਂ ਵੀ ਉੱਥੋਂ ਮੱਸਿਆ ਧੋਣਾ ਅਸੀਂ ਐ ਟਾਰਾਂ ਲਾਉਂਦੇ ਆਉਣਾ, ਅਸੀਂ ਕੋਈ ਇੱਕ ਦੂਜੇ ਦਾ ਗੁੱਸਾ ਨਹੀਂ ਕਰੀਦਾ, ਨਾ ਕਿਸੇ ਨੂੰ ਸਾਨੂੰ ਵੱਡੇ ਨੇ ਕਿਸੇ ਝਿੜਕ ਵੀ ਲਿਆ ਤੇ ਅਸੀਂ ਨੀ ਕਦੀ ਮਾੜਾ ਨੀ ਕਿਸੇ ਨੂੰ ਆਖਿਆ, ਨਾ ਸਾਨੂੰ ਅਸੀਂ ਹੁਣ ਵੀ ਮੁੰਡਿਆਂ ਨੂੰ ਆਉਂਦੇ ਵੀ ਕਿਸੇ ਨੂੰ ਮਾੜਾ ਨੀ ਕਹਿਣਾ, ਚੰਗਾ ਕਹੋ ਚੰਗੇ, ਜੇ ਚੰਗੇ ਆਪਾਂ ਕਹਾਂਗੇ ਤਾਂ ਕੋਈ ਮਾੜਾ ਨੀ ਕਿਸੇ ਨੂੰ ਕਹਿੰਦਾ। ਸੋ ਇਹ ਸੀ ਪਿੰਡ ਡਿਆਲ ਰਾਜਪੂਤਾਂ ਦਾ ਬਾਬਾ ਬਲਵੀਰ, ਜਿਹੜਾ ਪਿੰਡ ਦੇ ਵਿੱਚ ਬਲਦਾਂ ਵਾਲਾ ਬਾਬਾ ਵੱਜਦਾ, ਤੇ ਉਹਨੇ ਦੱਸਿਆ ਕਿ ਕਿਸ ਤਰ੍ਹਾਂ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜਾ ਵਾ ਇੱਕ ਦੂਸਰੇ ਨੂੰ ਮਖੌਲ ਕਰਦੇ ਹੁੰਦੇ ਸੀ ਤੇ ਉਹ ਕਦੀ ਕਿਸੇ ਦਾ ਗੁੱਸਾ ਨਹੀਂ ਕੀਤਾ। ਬਾਬਾ ਅੱਜ ਵੀ ਪੁਰਾਣੇ ਪੰਜਾਬ ਦੀ ਯਾਦ ਦਿਵਾਉਂਦਾ ਵਾ, ਜਦੋਂ ਬਲਦਾਂ ਦੇ ਨਾਲ ਖੇਤੀ ਹੁੰਦੀ ਸੀ। ਅੱਜ ਸਮਾਂ ਬੇਸ਼ੱਕ ਮਸ਼ੀਨਰੀ ਦਾ ਆ ਗਿਆ, ਪਰ ਇਹ ਬਾਬਾ ਅੱਜ ਵੀ ਆਪਣਾ ਪੰਜਾਬੀ ਵਿਰਸਾ ਸੰਭਾਲੀ ਬੈਠਾ। ਸੋ ਅਲੋਪ ਹੁੰਦਾ ਜਿਹੜਾ ਵਿਰਸਾ ਵਾ ਉਹ ਪੰਜਾਬੀਆਂ ਨੂੰ ਸੰਭਾਲਣਾ ਚਾਹੀਦਾ, ਕਿਉਂਕਿ ਵਿਰਸੇ ਦੇ ਨਾਲ ਹੀ ਜਿਹੜਾ ਵਾ ਪੰਜਾਬ ਦੀ ਜਿਹੜੀ ਆ ਉਹ ਸ਼ਾਨੋ ਸ਼ੌਕਤ ਆ। ਪੁਰਾਣੇ ਸਮਿਆਂ 'ਚ ਜਿਹੜੀਆਂ ਹੱਥ ਵਾਲੀਆਂ ਚੱਕੀਆਂ ਹੁੰਦੀਆਂ ਸੀ, ਚਰਖੇ ਹੁੰਦੇ ਸੀ, ਬਲਦ ਜਿਹੜੇ ਆ ਉਹਨਾਂ ਦੇ ਨਾਲ ਖੇਤੀ ਕਰਦੇ ਹੁੰਦੇ ਸੀ। ਸੋ ਇਹ ਜਿਹੜੀਆਂ ਵਾ ਇੱਕ ਖਿੱਚਵੀਆਂ ਚੀਜ਼ਾਂ, ਦਿਲ ਖਿੱਚਵੀਆਂ ਚੀਜ਼ਾਂ ਸਨ, ਜੋ ਸਾਨੂੰ ਜਿਹੜੀਆਂ ਵਾ ਅੱਜ ਵੀ ਜਿਹੜੇ ਬਜ਼ੁਰਗ ਆ ਕਈ ਉਹਨਾਂ ਨੇ ਸੰਭਾਲ ਕੇ ਰੱਖੀਆਂ ਹੋਈਆਂ ਨੇ। ਅਜਿਹੀਆਂ ਵੀਡੀਓ ਲੈ ਕੇ ਹੋਰ ਵੀ ਹਾਜ਼ਰ ਤੁਹਾਡੇ ਸਾਹਮਣੇ ਹੋਵਾਂਗੇ, ਉਦੋਂ ਤੱਕ ਲਈ ਦਿਓ ਇਜਾਜ਼ਤ। ਕੈਮਰਾਮੈਨ ਲਖਵਿੰਦਰ ਗੁੱਲ ਨਾਲ ਕਵਲ ਬੇਗੇਪੁਰਾ, ਸਕਾਈ ਨਿਊਜ਼ ਪੰਜਾਬ, ਧੰਨਵਾਦ।